ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਸ਼ੂਟ ਸਟਾਰਟ ਹੋਣ ਲੱਗਿਆ ਲੇਟ ਹੋ ਗਿਆ ਉਸਤਾਦ ਲੇਟ ਹੋ ਗਿਆ ਸੀ ਗੈਰੀ ਗੈਰੀ ਅੱਛਾ ਪਤਾ ਕੀ ਚੱਕਰ ਇੱਧਰ ਹਾਂ ਇੱਕ ਉਹ ਇਹ ਟੀਮ ਆ ਵੀਡੀਓ ਵੀ ਇਹ ਡਾਇਰੈਕਟ ਕਰਦੇ ਆ ਕੱਪੜੇ ਵੀ ਇਹ ਦਿੰਦੇ ਸੋ ਭਾਜੀ ਲੇਟ ਹੋ ਗਿਆ ਅੱਜ 2-3-4 ਘੰਟੇ 8 ਵਜੇ ਦਾ ਕਾਲ ਟਾਈਮ ਦੇ ਕੇ ਕਿੰਨੇ ਵਜੇ ਆਏ ਭਾਈ ਰਾਤ ਸ਼ੂਟ ਸੀਗਾ 4 ਘੰਟੇ ਮੈਂ 9 ਵਜੇ ਦਾ ਕਿਹਾ ਸੀ ਤੁਹਾਨੂੰ ਹਾਂ ਤੇ 3 ਘੰਟੇ ਲੇਟ ਆ ਮੈਂ ਸਾਰਾ ਰਾਤ ਸ਼ੂਟ ਸੀਗਾ ਚਲੋ ਕੋਈ ਹਾਂ ਤੇ ਸਾਡੇ ਜੱਗਾ ਭਾਜੀ ਜੱਗੇ ਭਾਈ ਨੇ ਲੇਟ ਕਰਾਇਆ ਇਹ ਉੱਡਦਾ ਹੀ ਨਹੀਂ ਭਰਾ ਬੈਕ ਦਾ ਇਹ ਤੇ ਸੁੱਖ ਸਿੰਘ ਜਿਹੜੇ ਨੇ ਮੇਰੇ ਨੇ ਮੈਨੂੰ ਫਿਲਮ ਮੇਰੇ ਨਾਲ ਫਿਲਮ ਬਣਾਉਣੀ ਆ ਅੰਡੇ ਚਲੋ ਅੰਡੇ ਨਹੀਂ ਆਪਾਂ ਫਿਲਮ ਬਣਾਉਣੀ ਆ ਗੇੜੇ ਕੱਢਣੇ ਨਹੀਂ ਆਪਾਂ ਆਪਾਂ ਟਰੱਕ ਚੱਕਿਆ ਕਰਨਾ ਆਪਾਂ ਗੇੜੇ ਤੇ ਜਾਇਆ ਕਰਨਾ 2-3 ਦਿਨ ਆਪਾਂ ਨਹੀਂ ਕਰਨਾ ਆਮ ਸੀਰੀਅਸ ਮੈਂ ਹੁਣ ਮੇਰਾ ਮੂਡ ਹੈ ਜਿਹੜਾ ਮੇਰੀ ਕੀ ਕਹਿੰਦੇ ਗੱਲ ਸੁਣਦੇ ਨਹੀਂ ਹਾਂ ਆਪਾਂ ਉਹਦੇ ਉੱਤੇ ਵਰਕ ਕਰੀ ਜਾਣਾ ਕਰੀਆ ਨਾਲ ਦੀ ਨਾਲ ਨੋਟਸ ਬਣਾਈ ਜਾਣਾ ਫੇਰ ਆਪਾਂ ਆ ਕੇ ਲਿਖ ਕੇ ਫੇਰ ਆਪਾਂ ਕਰਨਾ ਚਲੋ ਕਿ ਫਿਰ ਤਾਂ ਕਰ ਲੈਂਦੇ ਹਾਂ ਨਹੀਂ ਤਾਂ ਮੈਂ ਕਹਿੰਦਾ ਸੀ ਮੂਵੀ ਤਾਂ ਮੇਰੇ ਦਿਮਾਗ 'ਚ ਫਿਰਦੀ ਆ ਜਿੱਦਾਂ ਨਹੀਂ ਜਿੱਦਾਂ ਕਈ ਮੈਂ ਦੇਖਦੇ ਜਿੱਦਾਂ ਲਿਖਦੇ ਵੇਖਿਆ ਜਿੱਦਾਂ ਰਾਈਟਰ ਜੇ ਮੈਂ ਪਹਿਲਾਂ ਸੂਟਾ ਪੀਣਾ ਸੂਟਾ ਪੀ ਗਏ ਲੈ ਵੀ ਮੈਨੂੰ ਸੀਨ ਆਇਆ ਪਰ ਲਿਖ ਗੈਰੀ ਤੇ ਮੂਵੀ ਆਈ ਨਹੀਂ ਆਪਾਂ ਆਪਾਂ ਨਹੀਂ ਸਹੀ ਗੱਲ ਸਰ ਆਪਾਂ ਰੋਜ਼ ਰਾਤ ਨੂੰ ਲਿਖਿਆ ਕਰੀਏ ਨੈਕਸਟ ਡੇ ਸ਼ੂਟ ਕਰੇਗਾ ਫਿਰ ਭਾਈ ਆਪਾਂ ਨਾ ਵਾਈਬ ਨਹੀਂ ਆਇਆ ਕਰਨੀ ਆਪਾਂ ਉੱਠ ਕੇ ਚਲੇ ਜਾਇਆ ਕਰਨਾ ਤੇ ਹੁਣ ਮੂਡ 'ਚ ਆ ਹੁਣ ਕਰਾ ਲਈ ਜਿੱਦਾਂ ਮੈਂ ਵੇਟ ਵੂਟ ਲੋਸ ਕੀਤਾ ਆ ਮੈਂ ਹੁਣ ਥੋੜਾ ਸੋ ਇਹ ਇਹ ਸਟੈਂਪ ਲਾ ਕੇ ਇਹਨੂੰ ਨੋਟਰੀ ਟੈਸਟ ਕਰਾ ਕੇ ਇਹਨੂੰ ਰੱਖ ਲਓ ਆਹ ਕਲਿੱਪ ਨੂੰ ਨਹੀਂ ਨਹੀਂ ਆਪਾਂ ਪਹਿਲਾਂ ਪਹਿਲਾਂ ਕਲਿੱਪ ਤੋਂ ਮੂਵ ਵੀ ਬਣਾ ਲਈ ਬਣ ਜਾਣੀ ਉਹ ਤਾਂ ਨਹੀਂ ਸੀਰੀਅਸਲੀ ਮੈਂ ਕਹਿੰਦਾ ਭਾਈ ਕਹਿੰਦਾ ਇੱਕ ਵਾਰੀ ਨੂੰ ਫੋਨ ਕੀਤਾ ਕਹਿੰਦਾ ਸੁੱਖ ਭੈਣ ਚੋਂ ਕਨਸੈਪਟ ਆ ਗਿਆ ਮੈਂ ਕਿਹਾ ਲੈ ਵੀ ਮੂਵੀ ਦੱਸਣਗੇ ਘੈਂਟ ਜੀ ਕਹਿੰਦਾ ਮੋਰੇ ਕਹਿੰਦਾ ਕਰਦੇ ਕਰੇ ਨਹੀਂ ਨਹੀਂ ਕਹਿੰਦਾ ਹਜੇ ਮੂਵੀ ਨਹੀਂ ਐਕਸਾਈਟਮੈਂਟ ਕਰਕੇ ਨਾ ਕਹਿੰਦਾ ਪਹਿਲਾਂ ਪੋਸਟਰ ਸੁਣ ਤੂੰ ਜੀਰੋ ਤੋਂ ਜੀਰੋ ਅੱਜ ਅਸੀਂ ਕਰ ਰਹੇ ਹਾਂ ਗੈਰੀ ਭਾਜੀ ਦਾ ਸ਼ੂਟ ਅਤੇ ਗੈਰੀ ਭਾਜੀ ਦਾ ਮੈਂ ਪਹਿਲਾ ਗਾਣਾ ਕੀਤਾ ਸੀ ਲਾਈਫ ਮੇਰਾ ਪਹਿਲਾ ਵੀਡੀਓ ਸੀ ਅਤੇ ਮੈਂ ਇੰਨਾ ਲੱਕੀ ਹਾਂ ਸੁੱਖ ਭਾਜੀ ਕਰਕੇ ਵੀ ਸਿੱਧਾ ਆਪਾਂ ਗੈਰੀ ਭਾਜੀ ਦਾ ਸ਼ੂਟ ਕੀਤਾ ਸੀਗਾ ਸੋ ਮੈਨੂੰ ਲੱਗਦਾ ਵੀ ਪੂਰੇ 1 ਸਾਲ ਬਾਅਦ ਇਹਨਾਂ ਦਿਨਾਂ 'ਚ ਕੀਤਾ ਸੀ ਨਾ ਆਪਾਂ ਅਤੇ ਹਾਂ ਉਦੋਂ ਵੀ ਲੋਕਡਾਊਨ ਸੀ ਅਤੇ ਹਜੇ ਵੀ ਸਾਡੇ ਲੋਕਡਾਊਨ ਹੀ ਆ ਗੈਰੀ ਭਾਜੀ ਦਾ ਸ਼ੂਟ ਕਰ ਰਹੇ ਹਾਂ ਸੋ ਐਕਸਾਈਟਡ ਜਿੰਨੇ ਮਰਜ਼ੀ ਗਾਣੇ ਸ਼ੂਟ ਕਰ ਲਈਏ ਪਰ ਭਾਜੀ ਵਾਲੇ ਗਾਣੇ ਦੀ ਵੱਖਰੀ ਫੀਲਿੰਗ ਰਹਿਣੀ ਕਰਕੇ ਹਮੇਸ਼ਾ ਭਾਜੀ ਨੇ ਸਪੋਰਟ ਕੀਤੀ ਬਹੁਤ ਵਧੀਆ ਯੈਸ ਬ੍ਰੋ ਆਪਾਂ ਲਾਈਟਾਂ ਲਾਤੀਆਂ ਸੈੱਟ ਆ ਸਾਰਾ ਕੁਛ ਕੰਮ ਸਟਾਰਟ ਹੋ ਗਿਆ ਯੈਸ ਯੈਸ ਭਾਜੀ ਸੋ ਅਸੀਂ ਸ਼ਾਰਟ ਲਈ ਅੰਡੇ ਰੈਡੀ ਕੀਤੇ ਸੀ ਭਰਜਾਈ ਨੇ ਸੋ ਸਾਬੇ ਆ ਗਿਆ ਉੱਧਰ ਹੁਣ ਅਸੀਂ ਲੱਗੇ ਹਾਂ ਖਾਣ ਸੋ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਲੰਚ ਕਰਦੇ ਆਪਾਂ ਹਾਂਜੀ ਵੀਰੇ ਕੰਟੀਨਿਊਟੀ ਨਹੀਂ ਟੁੱਟਣ ਦੇਣੀ ਮੈਂ ਇਹਦੇ ਵੀ ਦੇਖੀ ਜੇ ਐਕਟਿੰਗ ਕਰਦਾ ਸੋ ਉਹਦਾ ਗੈਪ ਉਨਾ ਹੀ ਹੋਣਾ ਚਾਹੀਦਾ ਐਕਟਿੰਗ ਦੇਖੀ ਕਿਦਾ ਕਰਦਾ ਮੈਂ ਸੋ ਅਪਡੇਟ ਇਹ ਹੈ ਕਿ ਅੰਡੇ ਬਣਾਉਣੇ ਸਿਖਾ ਰਹੇ ਆ ਕੁੜੀ ਨੂੰ ਆਮਲੇਟ ਬਣਾਉਣਾ ਕਿਹਾ ਸੀਗਾ ਤੇ ਉਹਨੇ ਤੋੜਤਾ ਤੋ ਵਿਚ ਇਜ਼ ਨਾਟ ਗੁੱਡ ਬਸ ਅਸੀਂ ਗਾਣਾ ਸ਼ੂਟ ਕਰ ਰਹੇ ਹਾਂ ਸੁੱਖ ਸਿੰਘ ਦੇ ਨਾਲ
ਤੇ ਨਾਲ ਸੈਮ ਵੀਰ ਆਇਆ ਤੇ ਆ ਸੀਨ ਜਿੱਦਾਂ ਵੀਡੀਓ ਵਿੱਚ ਆ ਤੇ ਮੈਂ ਕਿਹਾ ਚੱਲ ਹੁਣੀ ਸਨੈਪਚੈਟ ਤੇ ਪਾ ਲੈਂਦੇ ਪਹਿਲੇ ਉਹ ਦੱਸਦੇ ਆ ਤਾਂ ਮੈਂ ਜਿੱਦਾਂ ਵਾਲਾ ਸੀਨ ਨਹੀਂ ਮੈਂ ਕਿਹਾ ਜਿੱਦਾਂ ਇਹ ਹੈਗਾ ਸਨੈਪਚੈਟ ਤੇ ਸੁੱਖ ਸਿੰਘ ਜਿਹੜਾ ਸ਼ੂਟ ਕਰ ਰਿਹਾ ਤੇ ਆ ਮੈਂ ਤੇ ਕੁੜੀ ਦਾ ਜਿੱਦਾਂ ਸਾਡੇ ਹੀ ਘਰ ਵਿੱਚ ਰਹਿੰਦੇ ਹਾਂ ਤੂੰ ਮੇਰੀ ਘਰ ਵਾਲੀ ਆ ਕੀ ਕਰਦੇ ਹਾਂ ਅਸੀਂ ਬਸ ਸੀਨ ਕਰਨ ਲੱਗੇ ਵੀਰੇ ਹਾਂ ਮੇਕਅਪ ਇਜ਼ ਬ੍ਰੇਕਅਪ ਲਾਈਕ ਕਿਸੇ ਦੀ ਸ਼ਰਟ ਬ੍ਰੇਕ ਹੋ ਜੂ ਭਲਵਾਨਾ ਤੂੰ ਕਹਿ ਗੈਰੀ ਸਿੰਧੂ ਹੁਣੀ ਕਾਫੀ ਪੀਂਦੇ ਆ ਅਸੀਂ ਅਸੀਂ ਬਹੁਤ ਟਾਈਮ ਪਹਿਲਾਂ ਤਾਂ ਲੱਗੇ ਮੈਂ ਦੱਸੋ ਜਿੱਦਾਂ ਹੁਣ ਸਾਲੇ ਸਿਆਣੇ ਹੋ ਗਏ ਆ ਨਹੀਂ ਹੁਣ ਥੋੜੇ ਮਿਲਣਾ ਕਮਲੇ ਹੋ ਗਿਆ ਆਪਾਂ ਉਹ ਪਹਿਲਾਂ ਵੱਡਾ ਹੁੰਦਾ ਫਿਰ ਛੋਟਾ ਛੋਟਾ ਹੁੰਦਾ ਜਾਂਦਾ ਇੱਕ ਇੱਕ ਦੂਜੀ ਇੱਕ ਵੀਡੀਓ ਆਈ ਸ਼ੋਨ ਪੋਲ ਦੀ ਦੇਖਿਆ ਕੁੱਡੇ ਕੁੱਡੇ ਆ ਨਹੀਂ ਉਹ ਨਵੀਂ ਵੀਡੀਓ ਆਈ ਆ ਸ਼ੋਨ ਪੋਲ ਦੀ ਵੀਡੀਓ ਆਈ ਆ ਉਹ ਇੱਕ ਜਿਹੜਾ ਬੰਦਾ ਜਿਹੜਾ ਜਿੱਥੇ ਸ਼ੂਟ ਕਰਨ ਜਾਂਦੇ ਆ ਉਹ ਨਿੱਕਾ ਜਿਹਾ ਨਿੱਕੇ ਨਿੱਕੇ ਜਿਹਾ ਉਹ ਕੁੜੀ ਨੱਚਦੀ ਉਹਦੀ ਲੱਤੇ ਬਰੂਚ ਪਈ ਆ ਵੱਡੀ ਲੱਤ ਰੂਮ ਦੇ ਵਿੱਚ ਬਾਹਰ ਬੈਠੀ ਹਲੇ ਕੱਲੀ ਰੂਮ ਦੇ ਵਿੱਚ ਲੱਤੀ ਪਈ ਹਾਂ ਸਪੈਦਾ ਆਸਟ੍ਰੇਲੀਆ ਤੋਂ ਲਿਆਂਦਾ ਜਦੋਂ ਪਹਿਲੀ ਵਾਰ ਮੈਂ ਇੰਗਲੈਂਡ ਆਇਆ ਨਾ ਤੇ ਮੈਨੂੰ ਏਜੰਟ ਨੇ ਭਲਾ ਭਰਾਵਾ ਉੱਥੇ ਲਾ ਤਾ ਬ੍ਰਿਸਬਨ ਹਾਂ ਬ੍ਰਿਸਬਨ ਲਾ ਤਾ ਤੇ ਉਹ ਕਹਿੰਦੇ ਵੀ ਤੇਰਾ ਤਾਂ ਇਸ ਕੰਟਰੀ ਦੇ ਵੀਜ਼ਾ ਹੈ ਨਹੀਂ ਮੈਂ ਕਿਹਾ ਫਿਰ ਮੇਰਾ ਕਿਹੜੀ ਕੰਟਰੀ ਦੇ ਵੀਜ਼ਾ ਆ ਤੁਸੀਂ ਗੁੱਸੇ ਤੋਂ ਫਾਇਦਾ ਮਾਰਿਆ ਨਹੀਂ ਨਹੀਂ ਮੈਂ ਕਹਿੰਦੇ ਤੇਰਾ ਤਾਂ ਵੀਜ਼ਾ ਕਿਸੇ ਕੰਟਰੀ ਦਾ ਵੀ ਹੈ ਨਹੀਂ ਤਾਂ ਮੈਂ ਕਿਹਾ ਵੀ ਮੈਂ ਤਾਂ ਹੁਣ ਸਿੰਗਰ ਬਣਨਾ ਤੇ ਉਹਨੇ ਕੀਤਾ ਮੈਨੂੰ 5 ਸਪੈਦੇ ਦਿੱਤੇ ਬੈਗ 'ਚ ਪਾ ਕੇ ਵੀ ਗਿਫਟ ਇੱਕ ਉਹ ਲੱਗਾ ਆ ਇੱਕ ਆਇਆ ਤੇ 3 ਸਪੈਦੇ ਮੈਂ 12ਵੀਂ ਆਪਣੇ ਭਰਾ ਦੇ ਘਰ ਲਾਏ ਆ ਤੇ ਮੈਂ ਦੋ ਇੱਕ ਇੱਕ ਦੋ ਆ 12ਵੀਂ ਇੱਕ ਇਮੀਗ੍ਰੇਸ਼ਨ ਵਾਲੇ ਰੱਖ ਲਿਆ ਮੇਰੇ ਤੋਂ ਤੇ ਇਸ ਕੰਟਰੀ ਲਈ ਇੰਗਲੈਂਡ ਨੂੰ ਹੁਣ ਫੌਜੀਆਂ ਨੂੰ ਫੜਦੇ ਆਕਸੀਜਨ ਦਿੰਦਾ ਉਸ ਸਪੈਦਾ ਹਾਂ ਫੌਜੀ ਨੂੰ ਦਿੰਦਾ ਪਰ ਇਦਾਂ ਆ ਸਾਲਾ ਜਹਾਜ਼ ਵਿੱਚ ਜਦ ਚਾਰ ਲਿਆਉਣੇ ਸਪੈਦੇ ਹੋਰ ਕੰਟਰੀ ਇਹ ਇਹ ਇਹਨੂੰ ਜਹਾਜ਼ ਦੇ ਪਰ ਨਾ ਬੰਨ ਕੇ ਲਿਆਉਂਦੇ ਹਰ ਨਹੀਂ ਨਹੀਂ ਬੈਗ 'ਚ ਰੱਖ ਕੇ ਛੋਟੇ ਛੋਟੇ ਸੀ ਛੋਟੇ ਸੀ ਬੱਚੇ ਸੀ ਬਾਅਦ 'ਚ ਪਾਰ ਸੋਹਣੀ ਵੇਖੀ ਮੁਟਿਆਰ ਮੈਂ ਮਾੜੀ ਤਕਦੀ ਉਹਨੂੰ ਦਿਲ ਬੈਠਾ ਉਹਨੂੰ ਕਰ ਬੈਠਾ ਪਿਆਰ ਨੈਣਾ ਇੱਕ ਮਹੀਨਿਆਂ ਨੂੰ ਹੋਰ ਹੋਰ ਦੇਣਾ ਨੀ ਕੋਈ ਸਾਲਾ ਹਾਟ ਦੇ ਕਲੋਜ਼ ਆਉਣ ਦੇਣਾ ਨੀ ਕੋਈ ਸਾਲਾ ਹਾਟ ਦੇ ਕਲੋਜ਼ ਆਉਣ ਦੇਣਾ ਨੀ ਉਹ ਬਲੈਕ ਜਿਹਦਾ ਹਾਰ ਬਿਊਟੀਫੁੱਲ ਦੇਖੀ ਬਿਊਟੀਫੁੱਲ ਦੇਖੀ ਮੁਟਿਆਰ ਮੀ ਬਲੈਕ ਜਿਹਦਾ ਹਾਰਟ ਬਿਊਟੀਫੁੱਲ ਦੇਖੀ ਮੁਟਿਆਰ ਮੀ ਮੀ ਬੈਡ ਲੱਕ ਮਾੜੀ ਤਕਦੀਰ ਬੈਡ ਲੱਕ ਤਕਦੀਰ ਉਹਨੂੰ ਕਿੱਦਾਂ ਕਹੋਗੇ ਉਹ ਇੰਗਲਿਸ਼ ਉਹਨੂੰ ਹਰ ਥੋੜ੍ਹਾ ਕਹਿਵਾਂਗੇ ਹਰ ਨੂੰ ਕਰ ਬੈਠਾ ਲਵ ਮੀ ਅਪਡੇਟ ਇਹ ਆ ਵੀ ਹੁਣ ਅਸੀਂ ਨੈਕਸਟ ਲੋਕੇਸ਼ਨ 'ਤੇ ਚੱਲੇ ਹਾਂ ਜੀ ਸਾਡਾ ਜਿਹੜੇ ਘਰ ਵਾਲਾ ਸ਼ੋਟ ਆ ਸਾਰੇ ਪੂਰੇ ਹੋ ਗਏ ਆ ਨੈਕਸਟ ਲੋਕੇਸ਼ਨ ਬਹੁਤ ਹੀ ਖਤਰਨਾਕ ਆ ਦਿਖਾਉਣੇ ਤੁਹਾਨੂੰ ਦੱਸ ਦਿੰਦੇ ਕੋਈ ਖਤਰਨਾਕ ਨਹੀਂ ਇੱਥੇ ਨੇ ਖੂੰਜੇ 'ਚ ਲਾ ਕੇ ਸਿੰਕ ਲੈਣ ਲੱਗ ਗਿਆ
ਯਾਰ ਨਵੀਂ ਲੋਕੇਸ਼ਨ ਆਈ ਉੱਥੇ ਗੋਰੀ ਨਿਕਲੀ ਮੈਨੂੰ ਕਹਿੰਦੀ ਐਕਸਕਿਊਜ਼ ਮੀ ਮੈਂ ਕਿਹਾ ਐਕਸਕਿਊਜ਼ ਮੀ ਸਕਿਊਜ਼ ਸਕਿਊਜ਼ ਮੀ ਪਾ ਦੇ ਪਾ ਵਾਟ ਡਿਡ ਯੂ ਸੇ ਐਕਸਕਿਊਜ਼ ਮੀ ਐਕਸਕਿਊਜ਼ ਮੀ ਐਕਸਕਿਊਜ਼ ਮੀ ਨੋ ਨੋ ਅਭੀ ਮੈਂ ਆ ਗਿਆ ਨਹੀਂ ਕਰ ਰਿਹਾ ਤੇਰਾ ਜੇਠ ਲੱਗਦਾ ਮੈਂ ਐਕਸਕਿਊਜ਼ ਮੀ ਕਹਿ ਜੇਠ ਜੇਠ ਜੀ ਵਾਟ ਕਾਲ ਹਿਮ ਜੇਠ ਜੀ ਜੱਟ ਜੀ ਸੋ ਅਸੀਂ ਗਾਣਾ ਅੱਜ ਸ਼ੂਟ ਕਰ ਰਹੇ ਹਾਂ ਗਾ ਕੇ ਸੁਣਾਵਾ ਗੈਰੀ ਸੰਧੂ ਦੀ ਆਵਾਜ਼ ਚ ਗੈਰੀ ਐਂ ਜੇ ਖੜ ਕੇ ਜੇ ਨੱਕ ਜੇ ਚ ਤੇਰੇ ਖਿਆਲਾਂ ਵਿੱਚ ਦਿਨ ਸਾਡਾ ਨਹੀਂ ਤੁਸੀਂ ਨੋਰਮਲੀ ਗਾਣੇ ਨੂੰ ਨਾ ਨਾ ਖਿਆਲਾਂ ਵਿੱਚ ਮਾਈਂਡ ਰਹਿੰਦਾ ਸਾਰਾ ਦਿਨ ਤੇਰੇ ਖਿਆਲਾਂ ਵਿੱਚ ਮਾਈਂਡ ਰਹਿੰਦਾ ਸਾਰਾ ਦਿਨ ਇਸ਼ਕ ਚ ਹੋਏ ਬੁਰੇ ਹਾਲ ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ ਗੈਰੀ ਆਫ ਕੋਰਸ ਵਧੀਆ ਗਾਉਂਦਾ ਸੋ ਅੱਜ ਦੀ ਸਾਡੀ ਸੈਕਿੰਡ ਲੋਕੇਸ਼ਨ ਡਨ ਥੋੜ੍ਹਾ ਲੇਟ ਸ਼ੂਟ ਹੋਇਆ ਸ਼ੁਰੂ ਪਰ ਅਸੀਂ ਟਰਾਈ ਕਰ ਰਹੇ ਹਾਂ ਉਹਨੂੰ ਕੈਚ ਕਰਨ ਦੀ ਹੋਪਫੁਲੀ ਵਧੀਆ ਨਿਕਲ ਕੇ ਆਊਗਾ ਹੁਣ ਅਸੀਂ ਘਰ 'ਚ ਜਾਣਾ ਅਤੇ ਫਿਰ ਕੱਲ੍ਹ ਨੂੰ ਅਸੀਂ ਫੁੱਲ ਡੇ ਆ ਕੱਲ੍ਹ ਨੂੰ ਅਸੀਂ 4 AM ਸਟਾਰਟ ਕਰਨਾ ਕੱਲ੍ਹ ਨੂੰ ਟਮੋਰੋ ਕਹਿੰਦਾ ਵੀ ਲਾਈਕ 20 hours 4 to 4 12 ਅਤੇ 4 ਕਿੰਨੇ ਹੋ ਗਏ 24 24 ਹਾਂ ਰਾਤ ਨੂੰ 1-2 ਵਜੇ ਤੱਕ ਕੰਮ ਕਰਨਾ You love him. What? He's got nothing. He's got nothing. He's a freshie. Nothing. What's he got? Intensity get out. I'm going to get married. The intensity is going to involve him. I forgot. He's involved. Yeah, but Dad, I love him. You love him. He's a freshie. He's a freshie. He has no PR, no house. ਮੁੰਡੇ ਕੰਮ ਕਰ ਰਹੇ ਆ ਤੇ ਲਾਈਟ ਅਸੀਂ ਆ ਦੇਖੋ ਆ ਫੜੀ ਹੋਈ ਆ ਵੀ ਸਾਡੀ ਤੁਹਾਡੀ ਸੁੰਦਰਤਾ ਦਾ ਅਸੀਂ ਖਿਆਲ ਰੱਖਣਾ ਬਹੁਤ ਵਧੀਆ ਸ਼ਾਟ ਹੋਏ ਜੀ ਅੱਜ ਤੇ ਬਾਕੀ ਸ਼ਾਟ ਦੈਨ ਸ਼ਾਟ ਸੀਗਾ ਪਰ ਵਧੀਆ ਹੋਇਆ ਕ੍ਰੀਏਟਿਵ ਸ਼ਾਟ ਆ ਜਾਓ ਭਾਜੀ ਨਹੀਂ ਨਹੀਂ ਰੁਕ ਜਾਓ ਭਾਜੀ ਸਾਨੂੰ ਵਲੌਗ ਕਰ ਲੈਣ ਤਾਂ ਫਿਰ ਕੱਢਿਓ ਗੱਡੀ ਨਹੀਂ ਨਹੀਂ ਸੋ ਬਹੁਤ ਵਧੀਆ ਰਿਹਾ ਜੀ ਥੈਂਕ ਯੂ ਸੋ ਮੱਚ ਪਹਿਲੇ ਦਿਨ ਲਈ ਅਤੇ ਕੱਲ੍ਹ ਨੂੰ ਮਿਲਦੇ ਹਾਂ 4 AM ਮੋਰਨਿੰਗ AM ਦਾ ਕਾਲ ਟਾਈਮ ਆ ਲੰਡਨ ਬ੍ਰਿਜ ਇਜ਼ ਫਾਲਿੰਗ ਡਾਊਨ ਬਸ ਉੱਥੇ